ਦੀਨਾਨਗਰ ਦੇ ਨੇੜਲੇ ਪਿੰਡ ਚੱਕ ਅਲੀਆ ਵਿਖੇ ਇੱਕ ਵਿਅਕਤੀ ਵੱਲੋਂ ਅਪਰ ਬਾਰੀ ਦੁਆਬ ਨਹਿਰ ਕਿਨਾਰੇ ਫੌਜੀ ਵਰਦੀਧਾਰੀ ਹਥਿਆਰਬੰਦ ਸ਼ੱਕੀ ਵਿਅਕਤੀ ਵੇਖੇ ਜਾਣ ਦੀ ਜਾਣਕਾਰੀ ਮਿਲੀ ਹੈ। ਸੂਚਨਾ ਮਿਲਣ 'ਤੇ ਪੁਲਿਸ ਵੱਲੋਂ ਇਲਾਕੇ ਦੀ ਘੇਰਾਬੰਦੀ ਕਰਕੇ ਸਰਚ ਅਭਿਆਨ ਚਲਾਇਆ ਗਿਆ। ਇਸ ਸਰਚ ਅਭਿਆਨ ਵਿੱਚ ਪੁਲਿਸ ਕਰਮਚਾਰੀਆਂ ਦੇ ਨਾਲ ਨਾਲ ਸਵੈਟ ਕਮਾਂਡੋ ਦਸਤੇ ਵੀ ਉਸ ਸ਼ੱਕੀ ਵਿਅਕਤੀ ਦੀ ਤਲਾਸ਼ ਵਿੱਚ ਜੁਟੇ ਰਹੇ। ਮੌਕੇ 'ਤੇ ਚਸ਼ਮਦੀਦ ਗਵਾਹ ਪਸ਼ੂ ਡਿਸਪੈਂਸਰੀ ਚੌਂਤਾ ਵਿਖੇ ਤਾਇਨਾਤ ਵੈਟਰਨਰੀ ਇੰਸਪੈਕਟਰ ਹਰਦੀਪ ਸਿੰਘ ਨੇ ਦੱਸਿਆ ਕਿ ਉਹ ਸਵੇਰੇ 11 ਵਜੇ ਦੇ ਕਰੀਬ ਪਿੰਡ ਚੱਕ ਅਲੀਆ ਵਿਖੇ ਇੱਕ ਬਿਮਾਰ ਮੱਝ ਦਾ ਚੈੱਕਅਪ ਕਰਨ ਲਈ ਗਿਆ ਸੀ। ਚੈੱਕਅਪ ਕਰਨ ਉਪਰੰਤ ਜਦੋਂ ਪਿੰਡੋਂ ਬਾਹਰ ਨਿਕਲਿਆ ਤਾਂ ਨਹਿਰ ਕਿਨਾਰੇ ਉਸਨੇ ਇੱਕ ਫੌਜੀ ਵਰਦੀਧਾਰੀ ਹਥਿਆਰਬੰਦ ਸ਼ੱਕੀ ਵਿਅਕਤੀ ਨੂੰ ਵੇਖਿਆ। ਸਾਰੀ ਗੱਲ ਪਿੰਡ ਵਾਸੀਆਂ ਨੂੰ ਦੱਸਣ ਉਪਰੰਤ ਪਿੰਡ ਵਾਸੀਆਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਜਾਣਦੇ ਸੀ ਪਿੰਡ ਅਲੀਆ ਚੱਕ, ਅਤੇ ਉੱਥੋਂ ਇੱਕ ਮੱਝ ਬਿਮਾਰ ਸੀ ਕਿਸੇ ਦੀ, ਮੱਝ ਬਿਮਾਰ ਵੇਖ ਕੇ ਤਾਂ ਮੈਂ ਅਲੀਆ ਚੱਕ ਪਿੰਡ ਦੇ ਉੱਤੇ ਆਇਆ। ਪਿੰਡ ਦੇ ਉੱਤੇ ਆਣ ਕੇ ਅਤੇ ਉੱਥੇ ਇੱਕ ਮੈਨੂੰ ਸੁੱਚਾ ਸਿੰਘ ਨਾਂ ਦਾ ਬੰਦਾ ਮਿਲਿਆ, ਉਹਨੇ ਮੈਨੂੰ ਬੁਲਾਇਆ ਵਾ, ਅਤੇ ਬੁਲਾਉਣ ਦੇ ਬਾਅਦ 'ਚ ਮੈਂ ਉੱਥੇ ਮੋਟਰਸਾਈਕਲ ਖੜ੍ਹਾ ਕੀਤਾ। ਮੋਟਰਸਾਈਕਲ ਥੋੜ੍ਹਾ ਮੈਂ ਗਾਂ ਅਜੇ ਗਿਆ ਹੀ ਹਾਂ, ਥੋੜ੍ਹਾ ਜਿਹਾ ਮੈਂ 25-30 ਮੀਟਰ ਪਹਿਲੇ ਦੂਜੇ ਗੇਅਰ 'ਚ ਮੋਟਰਸਾਈਕਲ ਮੇਰਾ, ਅਤੇ 100 ਕੁ ਮੀਟਰ ਵੀ ਇੱਥੇ ਅਗਲੇ ਕਿ ਬੰਦਾ ਖੜ੍ਹਾ ਸੀ, ਵਰਦੀ ਪਾਈ ਸੀ ਉਹਨੇ, ਅਤੇ ਬੰਦਾ ਕਾਫੀ ਲੰਬਾ ਸੀਗਾ, ਅਤੇ ਉਹਦੇ ਵਿੱਚ ਹੱਥ ਦਿੱਤਾ ਅਤੇ ਉਹਦਾ ਹੱਥ ਦੇਣ ਡਿਆ। ਫਿਰ ਮੈਂ ਹੱਥ ਦੇ ਕੇ ਵਾਪਸ ਮੋੜ ਲਿਆ ਮੋਟਰਸਾਈਕਲ, ਮੋਟਰਸਾਈਕਲ ਮੈਂ ਪਿੰਡ ਆ ਗਿਆ। ਤਾਂ ਉਹ ਮੇਰੇ ਸੁੱਚਾ ਸਿੰਘ ਮਿਲਿਆ ਮੈਨੂੰ, ਉਹਨੂੰ ਮੈਂ ਦੱਸਿਆ, ਮੈਂ ਕਿਹਾ ਯਾਰ ਇੱਕ ਬੰਦਾ ਹੱਥ ਦੇਣ ਡਿਆ ਸੀ, ਮੈਂ ਕਿਹਾ ਮੈਨੂੰ ਤਾਂ ਸਮਝ, ਮੈਂ ਵਾਪਸ ਮੋੜਿਆ ਵੇਖਾਂ ਭਲਾ, ਉਹਨੇ ਵੀ ਦੇਖਿਆ ਕਹਿੰਦਾ ਬੰਦਾ ਇੱਕ ਹੈਗਾ ਸੀਗਾ, ਅਤੇ ਉਹਦੇ ਕਰਕੇ ਮੈਂ ਪਿੰਡ 'ਚ ਆ ਗਿਆ। ਪਿੰਡ 'ਚ ਵੀ ਉਹ ਪਤਾ ਲੱਗ ਗਿਆ ਲੋਕਾਂ ਨੂੰ, ਉਹਦੇ ਕਰਕੇ ਪਤਾ ਲੱਗ ਜਾਂਦਾ। ਉਹ ਵੀ ਕਹਿਣ ਡਿਆ ਕਹਿੰਦੇ ਕੁੱਤੇ ਤੇਰੇ ਜ਼ਿਆਦਾ ਅੰਦਰ ਭੌਂਕਦੇ ਆ ਇੱਥੇ, ਬੁੜੀ ਜਾਣੀਆਂ ਕਹਿਣ ਡਈ। ਮੈਂ ਕਿਹਾ ਮੈਂ ਤਾਂ ਹੁਣ ਗਿਆ ਸੀ, ਮੈਨੂੰ ਤਾਂ ਫਿਰ ਹੈਗਾ, ਮੈਂ ਹੁਣ ਪਛਾਣ ਮੁੜਾ ਆਇਆ ਸੀ। ਫਿਰ ਮੈਂ ਪੁਲਿਸ ਨੂੰ ਤੁਸੀਂ ਨਹੀਂ ਬੋਲਣਾ ਕੋ ਆ ਦੂਰ ਹੈਗਾ, ਉੱਥੇ ਹੱਥ ਲੱਗਦਾ ਸੀ, ਮੈਨੂੰ ਦੂਰੋਂ ਦਿਸਦਾ ਸੀ। ਕਿਸ ਤਰ੍ਹਾਂ ਦਾ ਸੀ? ਕਿਹੜੀ ਵਰਦੀ ਜੀ? ਵਰਦੀ ਭੂਰੇ ਰੰਗ ਦੀ, ਕਿਹੜੀ? ਆਰਮੀ ਦੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਹਾਇਕ ਪੁਲਿਸ ਕਪਤਾਨ ਵਰੁਣ ਸ਼ਰਮਾ ਨੇ ਕਿਹਾ ਕਿ ਸੂਚਨਾ ਦੇ ਆਧਾਰ 'ਤੇ ਪੂਰੇ ਧਮਰਾਈ ਅਤੇ ਆਸ ਪਾਸ ਦੇ ਇਲਾਕੇ ਵਿੱਚ 2 ਘੰਟੇ ਦੇ ਕਰੀਬ ਸਰਚ ਆਪਰੇਸ਼ਨ ਚਲਾਇਆ ਗਿਆ। ਅਰਾਊਂਡ 1.5-2 ਘੰਟੇ ਪਹਿਲਾਂ ਜੀ ਮੈਨੂੰ ਪਿੰਡ ਆਲੀਆ ਚੱਕ ਤੋਂ ਕੋਈ ਇਨਫੋਰਮੇਸ਼ਨ ਆਈ ਸੀ ਕਿ ਕੋਈ ਡਾਕਟਰ ਹੈਗਾ ਵੈਟਨਰੀ ਸਰਕਾਰੀ ਮੁਲਾਜ਼ਮ, ਜਿਹਨੇ ਕੋਈ ਇੱਕ ਸ਼ੱਕੀ ਬੰਦਾ ਇੱਥੇ ਵੇਖਿਆ ਵਾ ਜਿਹੜਾ ਫੌਜੀ ਵਰਦੀ 'ਚ ਸੀਗਾ, ਲੰਬੇ ਕੱਦ ਕਾਠੀ ਦਾ। ਜਿਵੇਂ ਹੀ ਇਨਫੋਰਮੇਸ਼ਨ ਆਈ ਹੈ ਤੇ ਵਿਦਿਨ 5 ਮਿੰਟਸ ਮੈਂ ਤੇ SHO ਦੀਨਾਨਗਰ ਤੇ SHO ਮੇਰੇ ਬਾਕੀ ਬ੍ਰਹਮਪੁਰ ਤੇ ਦੁਰੰਗਲਾ ਮੌਕੇ ਤੇ ਪਹੁੰਚ ਗਿਆ, ਤੇ ਵਿਦਿਨ 10 ਮਿੰਟਸ SSG ਸਪੈਸ਼ਲ ਟੀਮ ਜਿਹੜੀ ਗੁਰਦਾਸਪੁਰ ਪੁਲਿਸ ਦੀ ਹੈਗੀ ਹੈ ਤੇ ਪਠਾਨਕੋਟ ਦੀ ਹੈਗੀ ਹੈ, ਉਹ ਵੀ ਮੌਕੇ ਤੇ ਪਹੁੰਚ ਗਈ। ਆਪਾਂ ਆਉਂਦੇ ਹੀ ਇੱਕ ਐਕਸਟੈਂਸਿਵ ਸਰਚ ਐਂਡ ਕੋਮਿੰਗ ਆਪਰੇਸ਼ਨ ਸ਼ੁਰੂ ਕਰ ਲਿਆ, ਜਿਹਦੇ 'ਚ ਜਿਹੜੇ ਬੰਦੇ ਨੇ ਇਨਫੋਰਮੇਸ਼ਨ ਦਿੱਤੀ ਸੀ ਉਹਦੇ ਦਾਅਵੇ ਬਾਰੇ ਕੋਈ ਵੀ ਚੀਜ਼ ਸਾਬਿਤ ਨਹੀਂ ਹੋਈ, ਤੇ ਕੰਪਲੀਟ ਸਰਚ ਤੋਂ ਬਾਅਦ ਕੋਈ ਸਾਨੂੰ ਬੰਦਾ ਇਹੋ ਜਿਹਾ ਕੋਈ ਵੀ ਇਹੋ ਜਿਹੀ ਇਨਫੋਰਮੇਸ਼ਨ ਸਾਬਿਤ ਨਹੀਂ ਹੋਈ। ਸਪੋਕਸਮੈਨ TV ਦੇ ਲਈ ਦੀਨਾਨਗਰ ਤੋਂ ਦੀਪਕ ਕੁਮਾਰ ਦੀ ਰਿਪੋਰਟ।